वेलकम बैक टू माय YouTube चैनल गाइस अती वीडियो स्टार्ट ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹੂੰਗੀ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਹ ਬਿਲਕੁਲ ਫ੍ਰੀ ਆਫ ਕੋਸਟ ਹੈ ਨਾਲ ਦੀ ਨਾਲ ਰਜਿਸਟਰ ਜੇ ਤੁਹਾਨੂੰ ਇੱਥੇ ਲੇਟੈਸਟ ਅਪਡੇਟਸ ਮਿਲਣਗੇ ਰਿਲੇਟਡ ਟੂ IAS एग्जाम ਉਹ ਵੀ ਸਭ ਤੋਂ ਪਹਿਲਾਂ ਜੇ ਤੁਹਾਨੂੰ ਕਿਸੇ ਵੀ ਮੋਡਿਊਲ ਵਿੱਚ ਪ੍ਰੋਬਲਮ ਹੈ ਤਾਂ ਤੁਸੀਂ ਮੇਰੀ ਪਲੇਲਿਸਟ ਚੈੱਕ ਕਰ ਸਕਦੇ ਹੋ ਉੱਥੇ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਜਿੱਦਾਂ ਕਿ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਆਫਟਰ ਲਾਕਡਾਊਨ ਮੈਂ ਜਿਨੀ ਵੀ ਪ੍ਰੈਡਿਕਸ਼ਨਸ ਵੀਡੀਓ ਅਪਲੋਡ ਕੀਤੀਆਂ ਸਾਰੀਆਂ 100% ਐਕਿਊਰੇਟ ਗਈਆਂ ਈਵਨ 17 ਜੁਲਾਈ ਵਾਲੀ ਪ੍ਰੈਡਿਕਸ਼ਨ ਵੀਡੀਓ ਜੋ ਮੈਂ ਅਪਲੋਡ ਕੀਤੀ ਸੀ ਜਿੱਦਾਂ ਜੋ ਉਹ ਵੀ 100% ਐਕਿਊਰੇਟ ਗਈ ਹੈ ਤੇ ਜਿਸ 24 ਜੁਲਾਈ ਦੀ ਪ੍ਰੈਡਿਕਸ਼ਨ ਵੀਡੀਓ ਵੀ ਚੈੱਕ ਕਰ ਸਕਦੇ ਹੋ ਹੁਣ ਆਪਾਂ 31 ਜੁਲਾਈ ਦੀ ਪ੍ਰੈਡਿਕਸ਼ਨ ਵੀਡੀਓ ਦੀ ਗੱਲ ਕਰਦੇ ਜਿੱਦਾਂ ਕਿ ਅੱਜ ਉਸ ਦਿਨ ਅਕੈਡੈਮਿਕ ਤੇ ਜਨਰਲ ਟ੍ਰੇਨਿੰਗ ਦੋਨਾਂ ਦਾ ਐਗਜ਼ਾਮ ਹੈ ਤੇ ਇਹਦੇ ਵਿੱਚ ਮੈਂ ਮਾਰਨਿੰਗ ਤੇ ਈਵਨਿੰਗ स्लॉट ਬਾਰੇ ਦੱਸਾਂਗੀ ਪਹਿਲਾਂ ਜੇ ਲੋ ਆਪਾਂ ਪਹਿਲਾਂ ਲਿਸਨਿੰਗ ਦੀ ਗੱਲ ਕਰਦੇ ਲਿਸਨਿੰਗ ਵਿੱਚ ਪਾਰਟ 1 ਵਿੱਚ ਆ ਸਕਦੇ ਫਿਲਪਸ ਜੋ ਕਿ ਹੋਣਗੇ ਨਾਟ ਕੰਪਲੀਸ਼ਨ ਵਿੱਚ ਉਹਦੇ ਵਿੱਚ ਹੋਊਗਾ 1 ਵਰਡ ਜਾਂ ਆ ਸਕਦਾ ਐਂਡ ਔਰ ਅ ਨੰਬਰ ਇਹਦਾ ਲੈਵਲ ਰਹੇਗਾ ਤਾਂ ਜੇ ਈਜ਼ੀ ਪਾਰਟ 2 ਵਿੱਚ ਆਣਗੇ ਸ਼ਾਰਟ ਐਮਸੀਕਿਊਜ਼ ਇਹਦਾ ਨਾਲ ਆਣਗੇ ਮੈਚ ਦਾ ਇਨਫੋਰਮੇਸ਼ਨ ਉਹਦੇ ਵਿੱਚ ਆਪਸ਼ਨਸ ਹੋਣਗੇ ਉਹਦਾ ਲੈਵਲ ਰਹੇਗਾ ਜੇ ਈਜ਼ੀ part 3 ਵਿੱਚ ਆਣਗੇ ਲਾਰਜ एमसीक्यूज ਐਂਡ ਨਾਲ ਆਣਗੇ ਸਿਲੈਕਸ਼ਨ ਆਫ ਫਲੈਟਰਸ ਜਿਹਦੇ ਵਿੱਚ ਦੋ ਆਪਸ਼ਨਸ ਆਪਾਂ ਚੂਸ ਕਰਨੀਆਂ ਹੋਣਗੀਆਂ ਪੰਜ ਆਪਸ਼ਨਸ ਆਪਾਂ ਨੂੰ ਦਿੱਤੀਆਂ ਹੋਣਗੀਆਂ ਇਹਦਾ ਲੈਵਲ ਰਹੇਗਾ ਜੋ ਮੋਡਰੇਟ ਤੇ ਪਾਰਟ 4 ਵਿੱਚ ਆਣਗੇ ਫਿਲਪਸ ਜੋ ਕਿ ਹੋਣਗੇ ਨਾਟ ਕੰਪਲੀਸ਼ਨ ਉਹ ਉਹ ਹੋਣਗੇ ਵਨ ਵਰਡ ਓਨਲੀ ਤੇ ਇਹਦਾ ਲੈਵਲ ਰਹੇਗਾ ਜੀ ਇਜ਼ੀ ਓਵਰਆਲ ਲੈਵਲ ਰਹੇਗਾ ਜੇ ਇਜ਼ੀ ਟੂ ਮੋਡਰੇਟ ਜੇ ਤੁਸੀਂ ਪ੍ਰੈਕਟਿਸ ਕਰਨੀ ਹੈ ਤਾਂ ਤੁਸੀਂ ਕੈਮਬ੍ਰਿਜ ਬੁੱਕ ਨੰਬਰ 16 ਤੋਂ ਪ੍ਰੈਕਟਿਸ ਕਰ ਸਕਦੇ ਹੋ ਲਿਸਨਿੰਗ ਦੀ ਤੇ ਜੇ ਮੈਂ ਇੱਕ ਸੁਜੈਸ਼ਨ ਦੇਣਾ ਚਾਹੂੰਗੀ ਸਮ ਟਾਈਮਸ ਕੀ ਹੁੰਦਾ ਲਿਸਨਿੰਗ ਫਾਸਟ ਆ ਜਾਂਦੀ ਹੈ ਤਾਂ ਆਪਾਂ ਨੂੰ ਜੋ ਬੈਕਗ੍ਰਾਉਂਡ ਸਪੀਡ ਰੱਖਣੀ ਚਾਹੀਦੀ ਹੈ ਪਾਰਟ 1 ਐਂਡ 2 ਲਈ 1.5x ਤੇ 3 ਐਂਡ 4 ਲਈ 1.225x ਏ ਆਪਾਂ ਨੂੰ ਪਾਰਟ 3 ਤੇ ਫੋਕਸ ਲਈ ਰੱਖਣੀ ਚਾਹੀਦੀ ਹੁਣ ਆਪਾਂ ਅਕੈਡਮਿਕ ਦੀ ਗੱਲ ਕਰਦੇ ਆਂ ਰੀਡਿੰਗ ਦੀ ਜਿੱਦਾਂ ਕਿ ਰਜੇ ਅਕੈਡਮਿਕ ਰੀਡਿੰਗ ਦਾ ਪੈਸੇਜ 1 ਵਿੱਚ ਆਣਗੇ ਟ्रू ਫਾਲਸ ਨਾਟ 기ਵਨ ਨਾਲ ਆਣਗੇ ਫਿਲਪਸ ਜੋ ਕਿ ਹੋਣਗੇ ਵਨ ਵਰਡ ਤੇ ਇਹਦਾ ਲੈਵਲ ਰਹੇਗਾ ਰਜੇ ਈਜ਼ੀ ਤੇ ਪਾਰਟ ਪੈਸੇਜ 2 ਵਿੱਚ ਆ ਸਕਦਾ ਹੈ ਮੈਚ ਦਾ ਇਨਫੋਰਮੇਸ਼ਨ ਮੈਚ ਇਨਫੋਰਮੇਸ਼ਨ ਵਿੱਚ ਰਜੇ ਟੂ ਕੁਐਸਚਨ ਟਾਈਪ ਆ ਸਕਦੇ ਹੈ ਜਿੱਦਾਂ ਕਿ ਵਿਚ ਪੈਰਾਗ੍ਰਾਫ ਕੰਟੇਨਸ ਥਿਸ ਇਨਫੋਰਮੇਸ਼ਨ ਨਾਲ ਆ ਸਕਦਾ ਹੈ ਲਿਸਟ ਆਫ ਹੈਡਿੰਗ ਇਹਨਾਂ ਦੋਨਾਂ ਵਿੱਚ ਕੋਈ ਵੀ ਕੁਐਸਚਨ ਟਾਈਪ ਆ ਸਕਦਾ ਹੈਗਾ ਹੈ ਨਾਲ ਆਣਗੇ ਰਜੇ ਫਿਲ ਹਗਾ ਦਾ ਜੋ ਮੋਡਰੇਟ ਕੁਝ ਬੱਚਿਆਂ ਨੂੰ ਥੋੜੇ ਟ੍ਰੀਕੀ ਵੀ ਲੱਗ ਸਕਦਾ ਹੈਗਾ ਏ ਇਹ ਬੱਚੇ ਤੋਂ ਬੱਚੇ ਤੋਂ ਡਿਪੈਂਡ ਕਰਦਾ ਹੈਗਾ ਪੈਸੇਜ 3 ਵਿੱਚ ਆ ਸਕਦਾ ਹੈ एमसीक्यू ਜਿਹਦੇ ਵਿੱਚ ਚਾਰ ਆਪਸ਼ਨਸ ਦਿੱਤੀਆਂ ਹੋਣਗੀਆਂ ਆਪਾਂ ਇੱਕ ਆਪਸ਼ਨ ਚੂਜ਼ ਕਰਨੀ ਹੋਗੀ ਤੇ ਨਾਲ ਆਣਗੇ ਰਜੇ ਫਿਲਪਸ ਜੋ ਕਿ ਉਹ ਤੋਂ ਬਾਅਦ ਰਜੇ ਨਾਲ ਆਣਗੇ ਯੈਸ نو ਨਾਟ 기ਵਨ ਇਹਦਾ ਜੋ ਪੈਸੇਜ 3 ਦਾ ਲੈਵਲ ਰਹੇਗਾ ਰਜੇ ਇਜ਼ੀ ਟੂ ਮੋਡਰੇਟ ਤੇ ਓਵਰਆਲ ਲੈਵਲ ਰਹੇਗਾ ਇਜ਼ੀ ਟੂ ਮੋਡਰੇਟ ਜਿੱਦਾਂ ਕਿ ਰਜੇ ਜੇ ਤੁਸੀਂ ਪ੍ਰੈਕਟਿਸ ਕਰਨੀ ਤਾਂ ਕਾਫੀ ਸਾਰੀ ਵੈਬਸਾਈਟਸ ਹੈ ਬਟ ਜੋ ਮੈਂ ਵੈਬਸਾਈਟ ਸੁਜੈਸਟ ਕਰਨਾ ਚਾਹੂੰਗੀ ਉਹ ਹੈ ਕਿ ਆਇਲਸ ਫੀਵਰ ਸਮ ਟਾਈਮ ਕੀ ਹੁੰਦਾ ਰੀਡਿੰਗ ਉੱਥੋਂ ਆ ਜਾਂਦੀ ਹੈਗੀ ਆ ਮੈਂ ਦੋ ਵਾਰੀ ਦੇਖਿਆ ਵੀ ਹੈ ਕਿ ਰੀਡਿੰਗ ਸਮ ਟਾਈਮਸ ਬਹੁਤ ਵਾਰੀ ਉੱਥੋਂ ਆ ਜਾਂਦੀ ਹੈ ਜਿੱਦਾਂ ਕਿ ਅੱਜ ਹੁਣ ਆਪਾਂ ਕਰਦੇ ਆ ਅਕੈਡੈਮਿਕ ਜਨਰਲ ਟ੍ਰੇਨਿੰਗ ਵਾਲਿਆਂ ਦੀ ਗੱਲ ਜਿੱਦਾਂ ਕਿ ਜਨਰਲ ਟ੍ਰੇਨਿੰਗ ਦੀ ਰੀਡਿੰਗ ਦ ਪੈਸੇਜ ਵਨ ਵਿੱਚ ਆ ਸਕਦੇ ਫਿਲ ਅਪਸ ਜੋ ਕਿ ਹੋਣਗੇ ਸ਼ਾਰਟ ਨੋਟ ਕੰਪਲੀਸ਼ਨ ਨਾਲ ਅੰਦੇ ਟੂ ਫਾਲਸ ਨਾਟ 기ਵਨ ਲੇਵਲ ਰੇਗਾ ਰਜੇ ਈਜ਼ੀ ਟਿਪ ਪਾਰਟ 2 ਵਿੱਚ ਪੈਸੇਜ 2 ਵਿੱਚ ਆ ਸਕਦੇ ਮੈਚ ਦਾ ਇਨਫੋਰਮੇਸ਼ਨ ਸ਼ਾਰਟ ਅਨਸਰ ਕੁਐਸਚਨ ਨਾਲ ਆਣਗੇ ਐਮਸੀਕਿਊਜ਼ ਜਿਦੇ ਵਿੱਚ 4 ਆਪਸ਼ਨਸ ਦਿੱਤੀਆਂ ਹੋਣਗੀਆਂ ਇਹਦਾ ਲੈਵਲ ਕੁਝ ਬਚਨ ਲਈ ਈਜ਼ੀ ਵੀ ਹੋ ਸਕਦਾ ਹੈ ਤੋਂ ਕੁਝ ਬਚਨ ਈਜ਼ੀ ਟੂ ਮੋਡਰ ਵੀ ਲੱਗ ਸਕਦਾ ਹੈ ਪੈਸੇਜ 3 ਵਿੱਚ ਆ ਸਕਦੇ ਰਜੇ ਫਿਲਪਸ ਜੋ ਕਿ ਹੋਣਗੇ 1 ਵਰਡ ਓਨਲੀ ਨਾਲ ਹੋਣਗੇ ਸਿਲੈਕਸ਼ਨ ਆਫ ਲੈਟਰਸ ਜਿਦੇ ਵਿੱਚ ਦੋ ਆਪਸ਼ਨਸ ਆਪਾਂ ਚੂਜ਼ ਕਰਨੀਆਂ ਹੋਣਗੀਆਂ ਪੰਜ ਆਪਸ਼ਨਸ ਆਪਰ ਨੂੰ ਦਿੱਤੀਆਂ ਹੋਣਗੀਆਂ ਨਾਲ ਆਣਗੇ ਰਜੇ ਯੈਸ ਨੋ ਨਾਟ 기ਵਨ ਇਦਾਂ ਲਵਰ ਹੈਗਾ ਰੋਜੇ ਮੋਡਰੇਟ ਓਵਰঅল ਜੋ ਜੀਟੀ ਵਾਲਿਆਂ ਦਾ ਰੀਡਿੰਗ ਦਾ ਲਵਰ ਹੈਗਾ ਰੋਜੇ ਉਹ ਈਜ਼ੀ ਟੂ ਮੋਡਰੇਟ ਰਹੇਗਾ ਹੁਣ ਆਪਾਂ ਰਾਈਟਿੰਗ ਟਾਸਕ 1 ਦੀ ਗੱਲ ਕਰਦੇ ਆਂ ਜਿੱਤੇ ਕਿ ਰੋਜੇ ਰਾਈਟਿੰਗ ਟਾਸਕ 1 ਵਿੱਚ ਆ ਸਕਦਾ ਪ੍ਰੋਸੈਸ ਆ ਸਕਦਾ ਮੈਪ ਆ ਸਕਦਾ ਬਾਅਰ ਆ ਸਕਦਾ ਰਾਈਟਿੰਗ ਟਾਸਕ 2 ਵਿੱਚ ਆ ਸਕਦਾ ਐਗਰੀ ਔਰ ਡਿਸਐਗਰੀ ਜਾਂ ਬੋਥ ਬੋਥ ਵਿਊਜ਼ ਐਂਡ ਗਿਵ ਯੂਰ ਓਨ ਓਪੀਨੀਅਨ ਜਿੱਦਾਂ ਕਿ ਰਜਾ ਉਦਾਂ ਹੀ ਸੇਮ ਆਪੀਨੀਅਨ 에ਸੇ ਡਿਸਕਸਸ਼ਨ ਵਿਦ ਆਪੀਨੀਅਨ 에ਸੇ ਟੂ ਟਾਈਪ ਟੂ ਪਾਰਟ ਟਾਈਪ ਟੂ ਪਾਰਟ ਕੁਐਸਚਨ ਵੀ ਆ ਸਕਦਾ ਹੈ ਕਈ ਇਹਦੇ ਬਟ ਚਾਂਸਿਸ ਹੈ ਬਟ ਬਹੁਤ ਘੱਟ ਚਾਂਸਿਸ ਹੈ ਕਿ ਟੂ ਪਾਰਟ ਕੁਐਸਚਨ ਆਵੇ ਜਿਦਾ ਕਿ ਲੋ ਜੇ ਹੁਣ ਆਪਾਂ ਗੱਲ ਕਰਦੇ ਜੀਟੀ ਵਾਲੇ ਦੀ ਜੀਟੀ ਜੀਟੀ ਵਾਲੇ ਦੇ ਬੱਚਿਆਂ ਵਿੱਚ ਰਾਈਟਿੰਗ ਟਾਸਕ 1 ਵਿੱਚ ਆ ਸਕਦਾ ਇਨਫਾਰਮਲ ਲੈਟਰ ਤੇ ਰਾਈਟਿੰਗ ਟਾਸਕ 2 ਵਿੱਚ ਆ ਸਕਦਾ opinion type ਤੇ ਜਾਂ ਆ ਸਕਦਾ ਡਿਸਕਸ਼ਨ ਟਾਈਪ ਇਹਨਾਂ ਦੋਨੋਂ ਟਾਈਪਸ ਵਿੱਚੋਂ ਕੋਈ ਵੀ ਰਾਈਟਿੰਗ ਟਾਸਕ 2 ਜੀਟੀ ਵਾਲੇ ਨੂੰ ਟਾਸਕ ਆ ਸਕਦਾ ਹੈਗਾ ਆਈ ਹੋਪ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਹੋਗੀ ਜੇ ਵੀਡੀਓ ਹੈਲਪਫੁਲ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਐਂਡ ਥੈਂਕ ਯੂ ਫॉर ਵਾਚਿੰਗ